ਅਤੇ ਮੈਨੂੰ ਹਾਈਟਸ ਹਰਨੀਆਂ ਦੀ ਪ੍ਰੋਬਲਮ ਸੀਗੀ। ਮੈਂ ਬਹੁਤ ਜਗ੍ਹਾ ਤੋਂ ਦਵਾਈ ਖਾਧੀ, ਮੈਨੂੰ ਕਿਤੋਂ ਵੀ ਫਰਕ ਨਹੀਂ ਸੀ ਪੈ ਰਿਹਾ। ਅਤੇ ਮੈਨੂੰ ਸਰ ਜਸਮੀਤ ਸਿੰਘ ਆਹਲੂਵਾਲੀਆ ਡਾਕਟਰ ਬਾਰੇ ਪਤਾ ਚੱਲਿਆ, ਮੇਰੀ ਲੈਪਰੋਸਕੋਪਿਕ ਨਾਲ ਸਰਜਰੀ ਹੋਈ। ਹੁਣ ਮੈਂ ਬਹੁਤ ਜ਼ਿਆਦਾ ਬੈਟਰ ਫੀਲ ਕਰ ਰਿਹਾ। ਇਹਨਾਂ ਦਾ ਸਟਾਫ, ਇਹਨਾਂ ਦੀ ਹਰ ਇੱਕ ਫੈਸਿਲਿਟੀ, ਇਹਦਾ ਹੋਸਪਿਟਲ ਬਹੁਤ ਵਧੀਆ। ਹੈਲੋ, ਮੇਰਾ ਨਾਮ ਜਸ਼ਨਪ੍ਰੀਤ ਸਿੰਘ ਹੈ ਅਤੇ ਮੈਂ ਲਖੀਮਪੁਰ ਖੀਰੀ ਯੂਪੀ ਤੋਂ ਆਇਆ। ਅਤੇ ਮੈਨੂੰ ਹਾਈਟਸ ਹਰਨੀਆਂ ਦੀ ਪ੍ਰੋਬਲਮ ਸੀਗੀ, ਮੈਂ ਬਹੁਤ ਜਗ੍ਹਾ ਤੋਂ ਦਵਾਈ ਖਾਧੀ, ਮੈਨੂੰ ਕਿਤੋਂ ਵੀ ਫਰਕ ਨਹੀਂ ਸੀ ਪੈ ਰਿਹਾ। ਫਿਰ ਮੈਂ ਇੱਕ ਦਿਨ ਸਕਰੋਲ ਕਰ ਰਿਹਾ ਸੀਗਾ ਯੂਟਿਊਬ ਦੇ ਉੱਤੇ, ਅਤੇ ਮੈਨੂੰ ਸਰ ਜਸਮੀਤ ਸਿੰਘ ਆਹਲੂਵਾਲੀਆ ਡਾਕਟਰ ਬਾਰੇ ਪਤਾ ਚੱਲਿਆ। ਫਿਰ ਮੈਂ ਇਹਨਾਂ ਨਾਲ ਕੰਸਲਟ ਕੀਤਾ, ਇਸ ਤੋਂ ਬਾਅਦ ਸਰ ਇਹਨਾਂ ਨੇ ਸਜੈਸ਼ਨ ਦਿੱਤਾ ਮੈਨੂੰ ਸਰਜਰੀ ਦਾ। ਮੇਰੀ ਲੈਪਰੋਸਕੋਪਿਕ ਨਾਲ ਸਰਜਰੀ ਹੋਈ, ਹੁਣ ਮੈਂ ਬਹੁਤ ਜ਼ਿਆਦਾ ਬੈਟਰ ਫੀਲ ਕਰ ਰਿਹਾ। ਅਤੇ ਜੇ ਕਿਸੇ ਨੂੰ ਸਟਮਕ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਤਾਂ ਜਸਮੀਤ ਸਿੰਘ ਆਹਲੂਵਾਲੀਆ ਡਾਕਟਰ ਸਾਹਿਬ ਨੂੰ ਜ਼ਰੂਰ ਇੱਕ ਵਾਰੀ ਮਿਲੋ। ਬਹੁਤ ਵਧੀਆ ਨੇ, ਇਹਨਾਂ ਦਾ ਸਟਾਫ, ਇਹਨਾਂ ਦੀ ਹਰ ਇੱਕ ਫੈਸਿਲਿਟੀ, ਇਹਦਾ ਹੋਸਪਿਟਲ ਬਹੁਤ ਵਧੀਆ। ਮੈਨੂੰ ਬਹੁਤ ਵਧੀਆ ਲੱਗਾ ਅਤੇ ਸਾਰੇ ਜਾਣਿਆਂ ਨੂੰ ਇੱਥੇ ਇੱਕ ਵਾਰੀ ਜ਼ਰੂਰ ਆਉਣਾ ਚਾਹੀਦਾ ਜਿਹਨੂੰ ਸਟਮਕ ਦੀ ਪ੍ਰੋਬਲਮ ਆ। ਥੈਂਕ ਯੂ।